ਰਾਜਾ ਤਾਲਬ ਮੈਦੀ ਸਾਹਿਬ ਚੋਹਾ ਖਾਸਾ ਤੋਂ ਇਹਨਾਂ ਕੀ ਕੁਛ ਸ਼ਿਕਾਇਤਾਂ ਜਾਂ ਟਰਾਂਸਪੋਰਟ ਨੇ ਵਾਲੇ ਨਾਲ ਉਹ ਆਪਣੀ ਗੁਫ਼ਤਗੂ ਵਿੱਚ ਇਸ ਨਾਲ ਇਜ਼ਹਾਰ ਕਰ ਸਨ। ਰਾਜਾ ਤਾਲਬ ਮੈਦੀ ਸਾਹਿਬ ਜਨਾਬ, ਗਵਰਨਮੈਂਟ ਨੇ ਤੋ ਐਲਾਨ ਕਰ ਦਿਆ ਹੈ ਕਿ ਬੱਸਾਂ ਚਲਾਏਗੇ, ਲੇਕਿਨ ਅਭੀ ਤੱਕ ਬੱਸਾਂ ਚੋ ਖਾਸਾ ਸਰ ਸੁਬਾ ਸ਼ਾਹ ਨਹੀਂ ਚੱਲੀ, ਮਾਲੂਮ ਨਹੀਂ ਕਿਆ ਵਜ੍ਹਾ ਹੈ। ਕਿਹੜੀਆਂ ਬੱਸਾਂ? ਜੋ ਪੰਜਾਬ ਗਵਰਨਮੈਂਟ ਚੌਧਰੀ ਨਿਸਾਰ ਸਾਹਿਬ ਨੇ ਕਲਰ ਪੰਜਾਬੀ ਜੋ ਕਲਰ ਸਜਦਾ ਚਲਾ ਰਹੇ ਉਹ ਚੋ ਖਾਸਾ ਨਹੀਂ ਚੱਲਣੀ ਚਾਹੀਦੀ। ਪੰਜਾਬੀ 'ਚ ਗੱਲ ਕਰੋ, ਪੰਜਾਬੀ 'ਚ ਗੱਲ ਕਰੋ, ਉਰਦੂ 'ਚ ਨਾ ਗੱਲ। ਅੱਛਾ, ਕਿਉਂ ਨਹੀਂ ਚੱਲਣੀਆਂ ਚਾਹੀਦੀ? ਇਸ ਲਈ ਜਨਾਬ ਸੇ ਅਪੀਲ ਕੀ ਜਾਤੀ ਹੈ ਕਿ ਉਹ ਬੱਸਾਂ ਜਹਾਂ ਪਰ ਵੀ ਚਲਾਏ, ਕਿਉਂਕਿ ਯਹਾਂ ਕੇ ਜੋ ਵੈਗਣਾਂ ਵਾਲੇ ਉਹ ਆਪਣੀ ਮਨ ਮਰਜ਼ੀ ਕਿਰਾਏ ਵਸੂਲ ਕਰ ਰਹੇ ਹੈ। 8 ਰੁਪਏ ਕਿਰਾਇਆ ਬਣਤਾ ਹੈ ਸਫ਼ਰ ਕਲਰ ਤੋਂ ਚੌ ਖਾਸਾ, ਔਰ 30 ਰੁਪਏ ਵਸੂਲ ਕਰ ਰਹੇ ਹੈ, ਔਰ 8 ਕਿਲੋਮੀਟਰ ਸਫ਼ਰ ਹੈ ਜੀ, ਔਰ ਓਵਰ ਲੋਡ ਕਰ ਰਹੇ ਹੈ, ਔਰ ਲੜਕੀਆਂ ਔਰ ਬੱਚਿਆਂ ਸੇ ਬਦਤਮੀਜ਼ੀ ਸੇ ਪੇਸ਼ ਆਤੇ ਹੈ। ਇਸ ਲਈ ਜਨਾਬ ਸੇ ਗੁਜ਼ਾਰਿਸ਼ ਕੀ ਜਾਤੀ ਹੈ ਕਿ ਖੁਦਾ ਰਾ ਇਸ ਆਵਾਮ ਪਰ ਵੀ ਰਹਿਮ ਕਰੇ, ਕਰਮ ਕਰੇ ਔਰ ਬੱਸਾਂ ਚਲਾਏ ਤਾਂ ਕਿ ਇਹਨਾਂ ਜ਼ਾਲਮੋਂ ਸੇ ਨਜਾਤ ਹਾਸਲ ਹੋ ਸਕੇ। ਬਹੁਤ ਸ਼ੁਕਰੀਆ ਜਨਾਬ, ਆਪਕੀ ਬੜੀ ਮਿਹਰਬਾਨੀ ਨਵਾਜ਼ੀ। ਬਹੁਤ ਸ਼ੁਕਰੀਆ।